ਓ ਇਧਰੋਂ ਵੇਖੋ ਕੀ ਕਰਨਾ ਹੈ ਇਹ ਆ ਗਿਆ ਆ ਗਿਆ ਬੜਾ ਪਾਦਾ ਅਸੀਂ ਹੁਣ ਉਧਰੋਂ ਆਏ ਆ ਅਸੀਂ ਮਿਲ ਕੇ ਆਏ ਸਾਰਿਆਂ मुझे उम्मीद है कि आप लोग बिल्कुल ठीक होंगे। हमारे वीडियो को लाइक करें, सब्सक्राइब करें, बेल की घंटी को क्लिक करें। बहुत बहुत शुक्रिया। आप हमारे वीडियो देखते हैं, लाइक एंड सब्सक्राइब नहीं करते तो हमारे वीडियो को लाइक एंड सब्सक्राइब करें। बहुत बहुत शुक्रिया। ਕਿਲੋ ਬਦਾਮ ਬਦਾਮਾਂ ਗੁਰੀਆਂ 40 ਭੇਜ ਛੱਡਣੀਆਂ ਠੀਕ ਹੈ। ਤ੍ਰੈ ਦੱਥੀਆਂ ਸੁੱਚੇ ਵਰਗ ਅੱਛਾ ਲਿਖਦੇ ਹੋ ਪੈ ਹਾਂ ਲਿਖਣਾ ਪਿਆ ਬਿਲਕੁਲ। 50 ਰੁਪਏ ਦੀ ਛੋਟੀ ਲਾਚੀ ਮੀਡੀਓ ਜੀ 50 ਰੁਪਏ ਛੋਟੀ ਲਾਚੀ ਠੀਕ ਹੈ। ਚਾਰੇ ਮਗਲ ਅੱਛਾ ਕਾਲੀ ਰੀੜ ਕਾਲੀ ਰੀੜ ਕਾਲੀ ਰੀੜ ਠੀਕ ਹੈ ਉਹ ਅੱਧ ਪਾ ਲੈ ਜੀ ਅੱਛਾ 2 ਕਿਲੋ ਮਿਸ਼ਰੀ 'ਚ ਅੱਧ ਪਾ ਲੈ ਅੱਛਾ ਇਹ ਨਾਲ ਬਈ ਦਾ ਮੁਰੱਬਾ ਲੈ ਲੈਣਾ ਬਈ ਦਾ ਮੁਰੱਬਾ ਕਿਲੋ ਲੈ ਲੋ ਗੁੰਜਾਇਸ਼ ਮੁਤਾਬਕ ਮੁਤਾਬਕ ਕਰ ਲੋ ਠੀਕ ਹੈ ਉਸ ਰਾਸ਼ਨ ਦੇ ਮੁਤਾਬਕ ਉਹ ਬਣਾ ਲੈਣਾ ਠੀਕ ਹੈ। ਵੱਡੇ ਦੁੱਧ ਚ ਪਾ ਦੇਣਾ ਜੇ ਭਜਾ ਕੇ ਕੁੱਤਾ ਲਿਆਉਣਾ ਸਹੀ ਹੈ। ਮਿਕਦਾਰ ਕਿੰਨੀ ਹੋਣੀ ਚਾਹੀਦੀ ਮਿਕਦਾਰ ਉਹਦੀ ਅੱਧ ਪਾਉਣੀ ਚਾਹੀਦੀ ਯਾਨੀ 100 ਗ੍ਰਾਮ ਹੋਈ ਹੈ 100 ਗ੍ਰਾਮ ਅੱਧ ਪਾ ਹੋ ਜਾ ਠੀਕ ਹੈ। ਇਹ ਉਹ ਦੁੱਧ ਚ ਪਾ ਕੇ ਉਹ ਪਿਆਜ਼ ਅੱਧ ਪਾ ਦੇਣੀ ਠੀਕ ਹੈ। ਬਰਲ ਰਾਤੀ ਰੋਟੀ ਕੁੱਤੇ ਨੂੰ ਖਾਣੀ ਹੈ ਅੱਛਾ ਖਾ ਲੈਣੀ ਹੈ ਹਾਂ ਖਾ ਕੇ ਤੇ ਖੁਦਾ ਖੈਰ ਰੱਖੇ ਉਹਨੂੰ ਉੱਥੇ ਬੰਨ ਨਹੀਂ ਛੱਡਣਾ ਡੱਕ ਨਹੀਂ ਛੱਡਣਾ 5 ਮਿੰਟ ਉਹਨੂੰ ਫਿਰ ਫਰਾ ਲੈ ਫਿਰ ਫਰਾ ਲੈ ਤਾਂ ਕਿ ਉਹ ਥੋੜਾ ਬਹੁਤ ਅਜ਼ਮ ਠੀਕ ਹੈ। ਅੱਛਾ ਰੋਟੀ ਜਿਹੜੀ ਹੁਣ ਦੱਸੋ ਰੋਟੀ ਕਿੰਨੀ ਪਾਣੀ ਚਾਹੀਦੀ ਹੈ ਗੋਸ਼ਤ 'ਚ ਗੋਸ਼ਤ ਕਿੰਨਾ ਤੇ ਰੋਟੀ ਕਿੰਨੀ ਗੋਸ਼ਤ ਅਸੀਂ ਹੁਣ ਪਾਣੇ ਆ ਜੀ ਇਹਨੂੰ ਕਿਲੋ ਗੋਸ਼ਤ ਠੀਕ ਹੈ ਡੇਲੀ ਦਾ ਡੇਲੀ ਅੱਛਾ ਆ ਜਿਵੇਂ ਜਿਵੇਂ ਜਾਨਵਰ ਨੇ ਸਾਡੇ ਉਹਨੂੰ ਜਿ ਅਸੀਂ ਪਾਣੇ ਆ ਸਹੀ ਹੋ ਗਿਆ ਪਾਣੇ ਆ ਹਾਂ ਹਾਂ ਕਿਉਸ਼ੋ ਵਿੱਚ ਕੋਈ ਨਹੀਂ ਪਾਣੇ ਸਹੀ ਹੈ ਬਿਲਕੁਲ ਅੱਛਾ ਸਹੀ ਹੈ ਸੁੱਕਾ ਪੰਨਾ ਭੁੰਨ ਕੇ ਹਾਂ ਉਹ ਪਾ ਦੇ ਠੀਕ ਹੈ ਅੱਛਾ ਉਸ ਤੋਂ ਬਾਅਦ ਖੋਲ ਕੇ ਫਰਾ ਲਈ ਅੱਛਾ ਸਹੀ ਹੈ 5 ਮਿੰਟ ਫਰਾਈਏ 10 ਫਰਾਈਏ ਸਹੀ ਹੈ ਮਾਲੇ ਮਾਲਿਸ਼ ਅਸੀਂ ਪੂਰੀ ਕਰਨੇ ਜਿੰਨਾ ਸਾਡਾ ਤੇਲ ਠੀਕ ਹੋ ਗਿਆ ਉਹਨੇ ਕੋਆ ਛੋਰ ਪੁੱਤਰੀ ਹੈ ਅੱਛਾ ਸਹੀ ਹੈ ਉਹ ਛੋਰ ਅਗਾ ਲੰਘ ਹੈ ਆਹਾਂ ਉਹ ਪੁੱਤਰ ਹੈ ਤੇ ਉਹ ਅਸੀਂ ਆਪਣੀ ਪੂਰੀ ਮਤਲਬ ਹੈ ਸਹੀ ਹੈ ਵੀ ਤਪਾਣਾ ਵੀ ਇੱਥੇ ਅਸਾਂ ਪੂਰਾ ਮਤਲਬ ਤਿਆਰ ਕਰਕੇ ਤਪਾਣਾ ਨਹੀਂ ਸਹੀ ਹੈ ਆਪਣੀ ਤਸੱਲੀ ਕਰਕੇ ਆਪਣੀ ਤਸੱਲੀ ਤੇ ਇਹ ਕਿਨ ਆਪਣਾ ਅਗਰ ਘਿਓ ਦੇਨੇ ਅਸੀਂ ਦੇਸੀ ਘਿਓ ਤੇ ਇਹ ਕਿੰਨਾ ਕੁ ਦੇਣਾ ਚਾਹੀਦਾ ਹੈ ਇਹ ਲੜ ਤੋਂ ਪਹਿਲਾਂ ਅਸੀਂ ਤੇ ਮੈਚ ਤੋਂ ਪਹਿਲਾਂ 3-4 3-4 ਕਿਲੋ ਆ 4 ਕਿਲੋ ਆਸਾਂ ਲੈਂਦੇ ਅੱਛਾ ਠੀਕ ਹੈ 80 ਵਿੱਚ ਤੋੜ ਕੇ 80 ਤੋਂ ਤੋੜ ਕੇ ਆਹਾ ਤੇ ਮਿਕਦਾਰ ਕੇ ਹੋ ਦੀ ਕਿੰਨੀ ਹੋਣੀ ਚਾਹੀਦੀ ਉਹ ਅੱਧਪਾ ਅੱਧਪਾ ਠੀਕ ਹੈ ਮਤਲਬ ਇਹ ਥੋੜਾ ਵਧਾਉਂਦੇ ਜਾਓ ਆਹਾ ਥੋੜਾ ਜਿਹਾ ਵਧਾਉਂਦੇ ਜਾਓ ਠੀਕ ਹੈ ਸਿਰੀ ਪਾ ਤੇ ਲੈ ਦੇ ਆਹਾ ਮਤਲਬ ਇਹਨਾਂ ਕੋ ਹੋਵੇ ਤੇ ਹੌਲੀ ਹੌਲੀ ਕਰਕੇ ਪਾ ਤੱਕ ਲੈ ਆਓ ਠੀਕ ਹੈ ਆਉ ਨਹੀਂ ਦੇਰ ਤੱਕ 3 ਕਿਲੋ ਮੁੱਕ ਹੀ ਜਾਂਦਾ ਮੈਨੂੰ ਇਹ ਫੱਕੀ ਹਾਂ ਉਹ ਫੱਕੀ ਬਣਾ ਲਓ ਸਹੀ ਹੈ ਉਹ ਕੁੱਤੇ ਦੇ ਮੂੰਹ 'ਚ ਸੱਟੋ ਜ਼ਰੂਰ ਤੁਮੇ ਸ਼ੁਮੇ ਦੀ ਹਰ ਤੀਸਰੇ ਦਿਨ ਬਾਅਦ ਥੋੜੀ ਜੁੰਡੀ ਬਿਲਕੁਲ ਤੁਮੇ ਦੀ ਫੱਕੀ ਨੂੰ 2 ਦਿਨ ਛੱਡ ਕੇ ਹਾਂ ਤੀਸਰੇ ਦਿਨ ਤੀਜੇ ਦਿਨ ਮੈਥੀ ਕਪਾਲ ਦਾ ਟੀਕਾ ਇੱਕ ਲਾਜ਼ਮੀ ਲਾ ਮੈਥੀ ਕਪਾਲ ਦਾ ਟੀਕਾ ਕਿੰਨੇ ਦਿਨ ਛੱਡ ਕੇ 2 ਦਿਨ ਛੱਡ ਕੇ ਤੀਜੇ ਦਿਨ ਇੱਕ ਛੋਟਾ ਜਾਂਦਾ ਉਹ ਠੀਕ ਹੈ ਲੇਕਿਨ ਇਹ ਕੋਈ ਮਹੀਨਾ ਪਹਿਲੇ ਸ਼ੁਰੂ ਕਰ ਦਿਓ
ਕਰ ਦਿਓ ਮਹੀਨਾ ਪਹਿਲੇ ਬਿਲਕੁਲ ਠੀਕ ਹੈ ਮੈਂ ਕੋਈ ਸ਼ਿਕਾਰੀ ਤੁਹਾਨੂੰ ਕੋਈ ਨੁਕਸਾਨ ਉਹਦਾ ਕੋਈ ਨੁਕਸਾਨ ਨਹੀਂ ਗਾ ਠੀਕ ਕੋਈ ਨੁਕਸਾਨ ਨਹੀਂ ਅੱਛਾ ਕੋ ਤੱਕ ਨਾ ਲਾਉਂਦਾ ਕੁੱਤਾ ਫਰੈਸ਼ ਰਵੇਗਾ ਹਾਂ ਹਾਂ ਜੋਸ਼ੇ ਚ ਰਵੇਗਾ ਹਾਂ ਹਾਂ ਇਹ ਮਤਲਬ ਸਾਰੀਆਂ ਉਹਦੀਆਂ ਮੁਤਾਰਾ ਪੂਰੀਆਂ ਹੋ ਜਾਂਦੀਆਂ ਠੀਕ ਹੈ ਤੇ ਚਾਚੇਰਾਂ ਦਾ ਜੀ ਖਸੂਸੀ ਇੰਟਰਵਿਊ ਜਨਾਬ ਤੇ ਜਿਹੜੀ ਵਾਹ ਕਰਵਾਉਣੀ ਹੈ ਤੁਸੀਂ ਉਹ ਘੱਟ ਤੋਂ ਘੱਟ 15 ਕਿਲੋਮੀਟਰ ਕੁੱਤੇ ਨੂੰ ਹੋਣੀ ਚਾਹੀਦੀ ਹੈ ਤੇ ਖੁਰਾਕ ਵੀ ਉਹਨਾਂ 10 ਛੜੀ ਹੈ ਕਿਲੋ ਗੋਸ਼ਤ ਜਿਹੜਾ ਉਹ ਅਸੀਂ ਪਾਉਂਦੇ ਹਾਂ ਇਹਦੇ ਵਿੱਚ ਸਬਜ਼ੀ ਕਿੰਨੀ ਹੋਣੀ ਚਾਹੀਦੀ ਹੈ ਗੋਂਗਲੂ ਪਾ ਲਓ ਜਿੰਨੇ ਕੋ ਗੋਸ਼ਤ ਦੇ ਮਕਦਾਰ ਨਾਲ ਮਕਦਾਰ ਨਾਲ ਜਿਵੇਂ ਸਬਜ਼ੀ ਕਰ ਛੱਡੋ ਸਹੀ ਹੋ ਗਿਆ ਬਿਲਕੁਲ ਗੋਸ਼ਤ ਦੇ ਮਕਦਾਰ ਨਾਲ ਪਾ ਲਓ ਸਹੀ ਹੈ ਅੱਧਾ ਕਿਲੋ ਪਾ ਲਓ ਸੇਰ ਪਾ ਲਓ ਨਹੀਂ ਤੁਸੀਂ ਪਹਿਲੇ ਕਿ ਜਾਨਵਰ ਦੇ ਗੋਸ਼ਤ ਹੋ ਰਹੇ ਨਾ ਇਹਦੇ ਵਾਸਤੇ ਸਬਜ਼ੀ ਨਾ ਹੀ ਪਾ ਲਓ ਗੁਜ਼ਾਰਾ ਹੋ ਜਾ ਨਹੀਂ ਨਹੀਂ ਸਬਜ਼ੀ ਪਾਓ ਪਾਓ ਸਬਜ਼ੀ ਜ਼ਰੂਰੀ ਇਹਦਾ ਮੂੰਹ ਇਧਰ ਕਰਿਆ ਜਰਾ ਮੈਂ ਤਸਵੀਰ ਲੈਣੀ ਹੈ ਇੱਥੇ ਚਾਚੇ ਰਾਏ ਨਾਲ ਆ ਅੰਜ ਨਾਲ ਤੁਸੀਂ ਵੀ ਹੋਵੋ ਨਾ ਲੋ ਇਧਰ ਮੂੰਹ ਕਰੋ ਉਹ ਖਲੋ ਜਾ ਤੂੰ ਇਹ ਮੰਨ ਜਾ ਗੱਲ ਸਾਡੀ ਮੈਂ ਹੋਰ ਦੂਰ ਹੋ ਜਾਂਦਾ ਜੀ ਇੱਥੇ ਚਲੋ ਇੱਧਰ ਮੁੜਿਆ ਜੇ ਤੂੰ ਇੱਕ ਦਫਾ ਫੜ ਕੇ ਮੋੜੋ ਸਵੇਰ ਉੱਧਰ ਹੋ ਜਾ ਭਾਵੇਂ ਲੋ ਚਾਚਾ ਨਾਲ ਖਲੋਵੋ ਨਾ ਪਰਲੇ ਪਾਸੇ ਤੁਸੀਂ ਨਾਲ ਖਲੋਣਾ ਪੱਟੇ ਤੋਂ ਫੜੋ ਪੱਟੇ ਤੋਂ ਇੱਥੋਂ ਇੱਧਰੋਂ ਵੇਖੋ ਕੀ ਕਰਨਾ ਆ ਗਿਆ ਅਸੀਂ ਹੁਣ ਉੱਧਰੋਂ ਆਏ ਹਾਂ ਅਸੀਂ ਮਿਲ ਕੇ ਆਏ ਸਾਰੇ ਹਾਲਾ ਠੀਕ ਹੈ ਚਲੋ ਜੀ ਚਾਚਿਆਂ ਦੀਆਂ ਬੜੀਆਂ ਕੰਮ ਦੀਆਂ ਗੱਲਾਂ ਜਨਾਬ ਅੱਛੀਆਂ ਲੱਗਣ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਅੱਲਾ ਹਾਫਜ਼ ਸਾਡੇ ਭਰਾ ਨੇ ਜਨਾਬ ਨਾਂ ਦੱਸਿਆ ਸਰ ਉਮਰ ਯਾਦ ਖਤਾ ਸਾਹਿਬ ਉਮਰ ਯਾਦ ਸਾਹਿਬ ਤੁਹਾਡਾ ਜਹਾਂਗੀਰ ਰਾਂਝਾ ਸੈਫ ਰਾਂਝਾ ਸੈਫ ਰਾਂਝਾ ਸਰ ਅੱਛਾ ਮੈਚ ਦੇ ਬਾਰੇ ਨਾਲ ਦੱਸੋ ਮੰਡੀ ਬਾਬਲਦੀਨ ਬੜੇ ਅੱਛੇ ਮੈਚ ਹੋ ਰਹੇ ਨੇ ਤੇ ਐਪਰੀਸ਼ੀਏਟ ਕਰਨੇ ਅਸੀਂ ਮੰਡੀ ਬਾਬਲਦੀਨ ਵਾਲਿਆਂ ਨੂੰ ਜੀ ਆ ਮੈਚ ਬੜੇ ਨਾ ਪੂਰਾ ਸੀਜ਼ਨ ਇਨਸ਼ਾਅੱਲਾ ਮੈਚ ਚੱਲਣ ਹਾਂ ਇਹ ਅਸੀਂ ਫਿਆਜ਼ ਚੱਟਕਾ ਸਾਹਿਬ ਦੇ ਨਾਲ ਆਇਆ ਸੀ ਫਿਆਜ਼ ਜਤਕੇ ਦੀ ਮਾਰਫਤ ਜਨਾਬ ਸਹੀ ਹੈ ਤਖਾਰ ਸਾਹਿਬ ਖਾਵਰ ਸਾਹਿਬ ਠੀਕ ਹੈ ਜਾਨਵਰ ਆਪਣਾ ਅੰਦੋ ਆ ਅੱਛਾ ਆਪਣਾ ਭਾਈ ਉਮਰ ਖੱਤਾ ਸਾਹਿਬ ਨਾਲ ਅੱਛਾ ਸਰਵੋਦੇ ਤੋਂ ਸਹੀ ਹੈ ਅਸਾਂ ਜਨਾਬ ਜਹਾਂਗੀਰ ਰਾਂਝਾ ਸਾਹਿਬ ਰਾਂਝਾ ਮਿਆਣਾ ਗੁੰਦਲ ਤੋਂ ਸਹੀ ਹੈ ਤੇ ਸਾਡੇ ਭਰਾ ਨੇ ਇਹਨਾਂ ਦਾ ਵੀ ਪੂਰਾ ਦੱਸੋ ਮਿਆਣਾ ਗੁੰਦਲ ਤੋਂ ਚਾਚੂ ਮੇਰੇ ਹਾਂ ਚਾਚੂ ਨੂੰ ਤੁਹਾਡੇ ਤਾਂ ਜਨਾਬ ਸਾਡੇ ਕੋਲ ਬੜਾ ਟਾਈਮ ਅਸੀਂ ਇਕੱਠਿਆਂ ਗੁਜ਼ਾਰਿਆ ਪਿੰਡੀ ਅੱਛਾ ਤੇ ਬਾਰੇ ਦੱਸੋ ਇਹਨਾਂ ਕੋਲ ਜਾਨਵਰ ਮਾਸ਼ਾਅੱਲਾ ਹੈ 33 ਇੰਚ ਸਹੀ ਹੈ ਅੱਛਾ ਜਾਨਵਰ ਕੁੱਤੇ ਦੇ ਨਾਮ ਮੋਤੀ ਹੈ ਅੱਛਾ ਤੇ ਤੁਹਾਡਾ ਜਿਹੜਾ ਜਾਨਵਰ ਆਇਆ ਉਹਦਾ ਕੀ ਨਾਮ ਜਿਹੜਾ ਮੈਂ ਬਣਾਈ ਉਹਦੀ ਵੀਡੀਓ ਸ਼ਰਾਬੀ ਜਾਨਵਰ ਜੀ ਇਹਨਾਂ ਦਾ ਆਇਆ ਭਾਈ ਇਹਨਾਂ ਦਾ ਤੇ ਬੜਾ ਅੱਛਾ ਜਾਨਵਰ ਹੈ ਸ਼ਰਾਬੀ 2 ਇਹਨਾਂ ਜਾਨਵਰ ਆਏ ਨੇ ਜੀ ਤੇ ਫਿਆਜ਼ ਜਤਕਾ ਸਾਹਿਬ ਨੂੰ ਜਨਾਬ ਐਪਰੀਸ਼ੀਏਟ ਕਰਦੇ ਪਏ ਨੇ।